ਪਟਿਆਲਾ ਦੇ ਬੱਸ ਸਟੈਂਡ ਤੇ ਮੌਜੂਦ ਆ। ਤੁਹਾਨੂੰ ਦਿਖਾਦਾ ਕਿ ਇੱਕ ਵੀ ਬੱਸ ਅੱਜ ਪਟਿਆਲਾ ਤੋਂ ਕਿਸੇ ਸ਼ਹਿਰ ਨੂੰ ਨਹੀਂ ਗਈ। ਅਸੀਂ ਸਵੇਰ ਦੇ ਇੱਥੇ ਮੌਜੂਦ ਆ, ਹਰ ਜਿਹੜੀ ਬੱਸ ਹੈ ਇੱਥੇ ਲੱਗੀ ਹੈ, ਚਾਹੇ ਪ੍ਰਾਈਵੇਟ ਹੈ, ਚਾਹੇ PRTC ਦੀ ਹੈ, ਚਾਹੇ ਪੰਜਾਬ ਰੋਡਵੇਜ਼ ਦੀ ਹੈ। ਦੂਜੇ ਪਾਸੇ ਸਭ ਤੋਂ ਵੱਧ ਜਿਹੜੀ ਪਰੇਸ਼ਾਨੀ ਤੁਸੀਂ ਵੀ ਗੱਲ ਕੀਤੀ ਕਿ ਅੱਜ ਵਿਦਿਆਰਥੀਆਂ ਦੇ ਪੇਪਰ ਨੇ, ਤੁਸੀਂ ਦੇਖੋ ਕਿ ਸਾਰੇ ਵਿਦਿਆਰਥੀ ਨੇ ਜਾਂ ਰੋਜ਼ਾਨਾ ਆਪਣੀ ਡਿਊਟੀ ਦੇ ਉੱਪਰ ਜਾਣ ਦੇ ਲਈ ਆਏ ਮੁਲਾਜ਼ਮ ਨੇ ਵਿਦਿਆਰਥੀਆਂ ਨਾਲ ਗੱਲ ਕਰ ਲੈਂਦੇ ਆ ਕਿ ਕਿੱਥੇ ਜਾਣਾ ਸੀ ਤੇ ਕਾਹਦਾ ਐਗਜ਼ਾਮ ਸੀ, ਕਿੱਥੇ ਜਾਣਾ ਸੀ? ਲਾਂਡਰਾ CGC ਲਾਂਡਰਾ ਕਾਲਜ। ਕਾਹਦਾ ਐਗਜ਼ਾਮ ਸੀ ਅੱਜ? ਮੇਰਾ ਅੱਜ ਫਰੰਟ ਆਫਿਸ ਦਾ ਐਗਜ਼ਾਮ ਸੀਗਾ, ਹੋਟਲ ਮੈਨੇਜਮੈਂਟ ਦਾ ਕੋਰਸ ਕਰਦਾ ਮੈਂ SAG ਲਾਂਡਰਾ। ਤੋ ਅੱਜ ਬੱਸਾਂ ਬੰਦ ਨੇ ਤਾਂ ਔਖਾ ਹੋ ਗਿਆ, ਅੱਜ ਜਾਇਆ ਨਹੀਂ ਜਾ ਰਿਹਾ, ਪੇਪਰ ਦੇ ਹੁਣ ਕਿਵੇਂ ਦਵਾਂਗੇ ਸਮਝ ਨਹੀਂ ਆਉਂਦਾ। ਕੋਈ ਹੋਰ ਹੀਲਾ ਨਹੀਂ ਬਣਿਆ? ਦੇਖਿਆ ਹੋ ਤੁਸੀਂ ਬਾਹਰ, ਕਿਉਂਕਿ ਹੋਰ ਵਾਹਣ ਜਾਂਦਾ ਹੋਵੇ? ਨਹੀਂ, ਅੱਜ ਸਾਰੀ ਬੰਦ ਨੇ ਉਵੇਂ ਤਾਂ, ਆਟੋ ਵਾਲੇ ਜਾ ਰਹੇ ਨੇ ਲੇਕਿਨ ਫਿਰ ਖਾਸਾ ਦੂਰ ਹੈਗਾ ਨਾ, ਉਹਦੇ ਤੋਂ ਕਿਵੇਂ ਜਾਵਾਂਗੇ ਸਮਝ ਨਹੀਂ ਆ ਰਿਹਾ। ਫਿਰ ਹਾਂ, ਪਰੇਸ਼ਾਨੀ ਤਾਂ ਹੋ ਰਹੀ ਹੈ ਜੀ, ਖਾਸੀ ਹੋ ਰਹੀ ਹੈ। ਤੁਸੀਂ ਦੇਖੋ ਕਿ ਇਹ ਜਿੰਨੇ ਵਿਦਿਆਰਥੀ ਨੇ ਕਿਸੇ ਨਾ ਕਿਸੇ ਐਗਜ਼ਾਮ ਦੇ ਲਈ ਜਾ ਰਹੇ ਸੀ, ਕਿਸੇ ਦਾ ਪ੍ਰੈਕਟੀਕਲ ਹੈ ਅਤੇ ਹੋਰ ਜਿਹੜੇ ਰੋਜ਼ਾਨਾ ਕੰਮ ਕਰਦੇ ਜਾਂਦੇ ਉਹਨਾਂ ਨਾਲ ਗੱਲ ਕਰ ਲੈਂਦੇ। ਸਰ, ਤੁਸੀਂ ਕਿੱਥੇ ਜਾ ਰਹੇ ਸੀ? ਮੈਂ ਮੋਹਾਲੀ ਜਾ ਰਿਹਾ ਜੀ, ਮੈਂ ਜੋਬ ਕਰਦਾ ਮੋਹਾਲੀ, ਅਤੇ ਅੱਜ ਬੰਦ ਆ ਜਿਹਦੇ ਕਰਕੇ ਬਹੁਤ ਸਮੱਸਿਆ ਹੋ ਰਹੀ ਆ। ਹੁਣ ਅਫਸਰ ਕਹਿੰਦੇ ਦਫ਼ਤਰ ਪਹੁੰਚੋ ਅਤੇ ਬੱਸਾਂ ਚੱਲ ਨਹੀਂ ਰਹੀਆਂ, ਉਹ ਕਹਿੰਦੇ ਜ਼ਰੂਰੀ ਕੰਮ ਆ, ਬਜਟ ਭੇਜਣਾ, ਆਹ ਕਰਨਾ, ਵਾਹ ਕਰਨਾ, ਇਸ ਲਈ ਬਹੁਤ ਔਖਾ ਹੋਇਆ ਪਿਆ। ਹੁਣ ਨਾ ਕੋਈ ਪ੍ਰਾਈਵੇਟ ਬੱਸ ਆ ਨਾ ਸਰਕਾਰੀ ਆ, ਅਤੇ ਦੂਜੀ ਗੱਲ ਇਹ ਆ ਬੰਦ ਤਾਂ ਹੋ ਗਿਆ, ਅੱਜ ਦਾ ਬੰਦ ਕੀਤਾ ਹੋਇਆ, ਬੰਦ ਵਾਲਿਆਂ ਨੇ ਬੰਦ ਕਰਤਾ, ਚਲੋ ਅਸੀਂ ਉਹਨਾਂ ਦੇ ਵਿਰੋਧ 'ਚ ਨਹੀਂ ਹੈਗੇ, ਪਰ ਗੱਲ ਇਹ ਆ ਨਾ, ਇੱਕ ਬੰਦਾ ਜਦੋਂ ਆਪਣੀ ਡਿਊਟੀ 'ਤੇ ਕੋਈ ਪ੍ਰਾਈਵੇਟ ਆ ਕੋਈ ਸਰਕਾਰੀ ਆ ਨਹੀਂ ਪਹੁੰਚੂਗਾ, ਉਹਦਾ ਤਾਂ ਨੁਕਸਾਨ ਹੋ ਗਿਆ, ਉਹਨਾਂ ਨੇ ਐਬਸੈਂਟ ਲਾ ਕੇ ਉਹਦੀ ਤਨਖਾਹ ਕੱਟ ਦੇਣੀ ਆ। ਇਸ ਲਈ ਦੇਖਣਾ ਚਾਹੀਦਾ ਵੀ ਮਤਲਬ ਜੇ ਬੰਦ ਕਰਨਾ ਕੋਈ ਸਵੇਰ ਦਾ ਟਾਈਮ ਬੱਸਾਂ ਦਾ ਇਹੋ ਜਿਹਾ ਹੋਵੇ ਆਪਣੇ ਆਪਣੇ ਰੁਜ਼ਗਾਰ 'ਤੇ ਪਹੁੰਚ ਸਕਣ, ਕਿਉਂਕਿ ਜਿਹਦਾ ਪ੍ਰਾਈਵੇਟ ਜਾਂ ਸਰਕਾਰੀ ਰੁਜ਼ਗਾਰ ਆ ਉਹਦੀ ਤਾਂ ਦਿਨ ਦੀ ਦਿਹਾੜੀ ਖਰਾਬ ਹੋਊਗੀ, ਬੰਦ ਵਾਲਿਆਂ ਨੇ ਤਾਂ ਚਲੋ ਪਤਾ ਵੀ ਆਪਣਾ ਜਦੋਂ ਵੀ ਹੋਏਗਾ ਉਹਨਾਂ ਦਾ ਕੋਈ ਨਾ ਕੋਈ ਸਾਧਨ ਚੱਲ ਰਹੇ ਨੇ ਤਾਂ ਬੈਠੇ ਨੇ ਆ ਕੇ। ਇਸ ਲਈ ਦੇਖਣਾ ਚਾਹੀਦਾ ਬੰਦ ਕਰਨ ਲੱਗੇ ਵੀ ਕਿਸੇ ਦੇ ਨੁਕਸਾਨ ਨਾ ਹੋਵੇ ਗਰੀਬ ਬੰਦੇ ਦਾ। ਹਾਂਜੀ 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 ਮੈਂ ਹਾਂਜੀ 9 ਵਜੇ ਪਹੁੰਚਣਾ ਹੁੰਦਾ ਜੀ, ਮੈਂ ਸਵੇਰ ਦਾ ਆਇਆ ਹੋਇਆ ਅਤੇ ਕੋਈ ਬੱਸ ਨਹੀਂ ਚੱਲੀ, ਸਿਰਫ ਇੱਕ CTU ਦੀ ਬੱਸ ਦੱਸ ਰਹੇ ਨੇ ਸਵੇਰੇ ਗਈ ਆ, ਉਦੋਂ ਸਾਨੂੰ ਪਤਾ ਨਹੀਂ ਸੀ ਕਿ ਵੀ ਬੰਦ ਆ। ਹੁਣ ਬਹੁਤ ਔਖਾ ਹੋਇਆ ਪਿਆ ਮਤਲਬ। ਬਿਲਕੁਲ ਸਰ, ਜੋ ਦੇਖੋ ਕਿ ਰੋਜ਼ਾਨਾ ਦੀ ਡਿਊਟੀ 'ਤੇ ਜਾਣ ਵਾਲੇ ਮੁਲਾਜ਼ਮ ਨੇ ਉਹਨਾਂ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਹੈ, ਵਿਦਿਆਰਥੀਆਂ ਨੂੰ ਪਰੇਸ਼ਾਨੀ ਹੋ ਰਹੀ ਹੈ, ਜਿਨ੍ਹਾਂ ਨੇ ਕਿਹਾ ਕਿ ਸਾਨੂੰ ਤਾਂ ਪਤਾ ਲੱਗਿਆ ਕਿ ਇੱਕ ਅੱਧੀ ਬੱਸ ਜਾਂਦੀ ਹੋਊਗੀ ਪਰ ਟੋਟਲੀ ਜਿਹੜੀਆਂ ਬੱਸਾਂ ਨੇ ਪਟਿਆਲਾ PRTC ਮੇਨ ਡੀਪੂ ਇੱਥੇ ਅਤੇ ਉੱਥੋਂ ਇੱਕ ਵੀ ਬੱਸ ਚਾਹੇ ਪ੍ਰਾਈਵੇਟ ਹੋਵੇ ਜਾਂ ਸਰਕਾਰੀ ਰੋਡਵੇਜ਼ ਪਨ ਬੱਸ ਜਾਂ PRTC ਦੀ ਕੋਈ ਬੱਸ ਪਟਿਆਲੇ ਤੋਂ ਨਹੀਂ ਗਈ, ਜਿਸ ਕਰਕੇ ਆਮ ਲੋਕਾਂ ਨੂੰ ਬਹੁਤ ਜ਼ਿਆਦਾ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ। ਪਟਿਆਲਾ ਦੇ ਬੱਸ ਸਟੈਂਡ ਤੇ ਮੌਜੂਦ ਆ, ਤੁਹਾਨੂੰ ਦਿਖਾਦਾ ਕਿ ਇੱਕ ਵੀ ਬੱਸ ਅੱਜ ਪਟਿਆਲਾ ਤੋਂ ਕਿਸੇ ਸ਼ਹਿਰ ਨੂੰ ਨਹੀਂ ਗਈ। ਅਸੀਂ ਸਵੇਰ ਦੇ ਇੱਥੇ ਮੌਜੂਦ ਆ, ਹਰ ਜਿਹੜੀ ਬੱਸ ਹੈ ਇੱਥੇ ਲੱਗੀ ਹੈ, ਚਾਹੇ ਪ੍ਰਾਈਵੇਟ ਹੈ, ਚਾਹੇ PRTC ਦੀ ਹੈ, ਚਾਹੇ ਪੰਜਾਬ ਰੋਡਵੇਜ਼ ਦੀ ਹੈ। ਦੂਜੇ ਪਾਸੇ ਸਭ ਤੋਂ ਵੱਧ ਜਿਹੜੀ ਪਰੇਸ਼ਾਨੀ ਤੁਸੀਂ ਵੀ ਗੱਲ ਕੀਤੀ ਕਿ ਅੱਜ ਵਿਦਿਆਰਥੀਆਂ ਦੇ ਪੇਪਰ ਨੇ, ਤੁਸੀਂ ਦੇਖੋ ਕਿ ਸਾਰੇ ਵਿਦਿਆਰਥੀ ਨੇ ਜਾਂ ਰੋਜ਼ਾਨਾ ਆਪਣੀ ਡਿਊਟੀ ਦੇ ਉੱਪਰ ਜਾਣ ਦੇ ਲਈ ਆਏ ਮੁਲਾਜ਼ਮ ਨੇ ਵਿਦਿਆਰਥੀਆਂ ਨਾਲ ਗੱਲ ਕਰ ਲੈਂਦੇ ਆ ਕਿ ਕਿੱਥੇ ਜਾਣਾ ਸੀ ਤੇ ਕਾਹਦਾ ਐਗਜ਼ਾਮ ਸੀ, ਕਿੱਥੇ ਜਾਣਾ ਸੀ? ਲਾਂਡਰਾ CGC ਲਾਂਡਰਾ ਕਾਲਜ। ਕਾਹਦਾ ਐਗਜ਼ਾਮ ਸੀ ਅੱਜ? ਮੇਰਾ ਅੱਜ ਫਰੰਟ ਆਫਿਸ ਦਾ ਐਗਜ਼ਾਮ ਸੀਗਾ, ਹੋਟਲ ਮੈਨੇਜਮੈਂਟ ਦਾ ਕੋਰਸ ਕਰਦਾ ਮੈਂ SAG ਲਾਂਡਰਾ। ਤੋ ਅੱਜ ਬੱਸਾਂ ਬੰਦ ਨੇ ਤਾਂ ਔਖਾ ਹੋ ਗਿਆ, ਅੱਜ ਜਾਇਆ ਨਹੀਂ ਜਾ ਰਿਹਾ, ਪੇਪਰ ਦੇ ਹੁਣ ਕਿਵੇਂ ਦਵਾਂਗੇ ਸਮਝ ਨਹੀਂ ਆਉਂਦਾ। ਕੋਈ ਹੋਰ ਹੀਲਾ ਨਹੀਂ ਬਣਿਆ? ਦੇਖਿਆ ਹੋ ਤੁਸੀਂ ਬਾਹਰ, ਕਿਉਂਕਿ ਹੋਰ ਵਾਹਣ ਜਾਂਦਾ ਹੋਵੇ? ਨਹੀਂ, ਅੱਜ ਸਾਰੀ ਬੰਦ ਨੇ ਉਵੇਂ ਤਾਂ, ਆਟੋ ਵਾਲੇ ਜਾ ਰਹੇ ਨੇ ਲੇਕਿਨ ਫਿਰ ਖਾਸਾ ਦੂਰ ਹੈਗਾ ਨਾ, ਉਹਦੇ ਤੋਂ ਕਿਵੇਂ ਜਾਵਾਂਗੇ ਸਮਝ ਨਹੀਂ ਆ ਰਿਹਾ। ਫਿਰ ਹਾਂ, ਪਰੇਸ਼ਾਨੀ ਤਾਂ ਹੋ ਰਹੀ ਹੈ ਜੀ, ਖਾਸੀ ਹੋ ਰਹੀ ਹੈ। ਤੁਸੀਂ ਦੇਖੋ ਕਿ ਇਹ ਜਿੰਨੇ ਵਿਦਿਆਰਥੀ ਨੇ ਕਿਸੇ ਨਾ ਕਿਸੇ ਐਗਜ਼ਾਮ ਦੇ ਲਈ ਜਾ ਰਹੇ ਸੀ, ਕਿਸੇ ਦਾ ਪ੍ਰੈਕਟੀਕਲ ਹੈ ਅਤੇ ਹੋਰ ਜਿਹੜੇ ਰੋਜ਼ਾਨਾ ਕੰਮ ਕਰਦੇ ਜਾਂਦੇ ਉਹਨਾਂ ਨਾਲ ਗੱਲ ਕਰ ਲੈਂਦੇ। ਸਰ, ਤੁਸੀਂ ਕਿੱਥੇ ਜਾ ਰਹੇ ਸੀ? ਮੈਂ ਮੋਹਾਲੀ ਜਾ ਰਿਹਾ ਜੀ, ਮੈਂ ਜੋਬ ਕਰਦਾ ਮੋਹਾਲੀ, ਅਤੇ ਅੱਜ ਬੰਦ ਆ ਜਿਹਦੇ ਕਰਕੇ ਬਹੁਤ ਸਮੱਸਿਆ ਹੋ ਰਹੀ ਆ। ਹੁਣ ਅਫਸਰ ਕਹਿੰਦੇ ਦਫ਼ਤਰ ਪਹੁੰਚੋ ਅਤੇ ਬੱਸਾਂ ਚੱਲ ਨਹੀਂ ਰਹੀਆਂ, ਉਹ ਕਹਿੰਦੇ ਜ਼ਰੂਰੀ ਕੰਮ ਆ, ਬਜਟ ਭੇਜਣਾ, ਆਹ ਕਰਨਾ, ਵਾਹ ਕਰਨਾ, ਇਸ ਲਈ ਬਹੁਤ ਔਖਾ ਹੋਇਆ ਪਿਆ। ਹੁਣ ਨਾ ਕੋਈ ਪ੍ਰਾਈਵੇਟ ਬੱਸ ਆ ਨਾ ਸਰਕਾਰੀ ਆ,
ਤੇ ਦੂਜੀ ਗੱਲ ਇਹ ਆ ਬੰਦ ਤਾਂ ਹੋ ਗਿਆ, ਅੱਜ ਦਾ ਬੰਦ ਕੀਤਾ ਹੋਇਆ, ਬੰਦ ਵਾਲਿਆਂ ਨੇ ਬੰਦ ਕਰਤਾ, ਚਲੋ ਅਸੀਂ ਉਹਨਾਂ ਦੇ ਵਿਰੋਧ 'ਚ ਨਹੀਂ ਹੈਗੇ, ਪਰ ਗੱਲ ਇਹ ਆ ਨਾ ਇੱਕ ਬੰਦਾ ਜਦੋਂ ਆਪਣੀ ਡਿਊਟੀ 'ਤੇ ਕੋਈ ਪ੍ਰਾਈਵੇਟ ਆ ਕੋਈ ਸਰਕਾਰੀ ਆ ਨਹੀਂ ਪਹੁੰਚੂਗਾ, ਉਹਦਾ ਤਾਂ ਨੁਕਸਾਨ ਹੋ ਗਿਆ, ਉਹਨਾਂ ਨੇ ਐਬਸੈਂਟ ਲਾ ਕੇ ਉਹਦੀ ਤਨਖਾਹ ਕੱਟ ਦੇਣੀ ਆ। ਇਸ ਲਈ ਦੇਖਣਾ ਚਾਹੀਦਾ ਵੀ ਮਤਲਬ ਜੇ ਬੰਦ ਕਰਨਾ ਕੋਈ ਸਵੇਰ ਦਾ ਟਾਈਮ ਬੱਸਾਂ ਦਾ ਇਹੋ ਜਿਹਾ ਹੋਵੇ ਆਪਣੇ ਆਪਣੇ ਰੁਜ਼ਗਾਰ 'ਤੇ ਪਹੁੰਚ ਸਕਣ, ਕਿਉਂਕਿ ਜਿਹਦਾ ਪ੍ਰਾਈਵੇਟ ਜਾਂ ਸਰਕਾਰੀ ਰੁਜ਼ਗਾਰ ਆ ਉਹਦੀ ਤਾਂ ਦਿਨ ਦੀ ਦਿਹਾੜੀ ਖਰਾਬ ਹੋਊਗੀ। ਬੰਦ ਵਾਲਿਆਂ ਨੇ ਤਾਂ ਚਲੋ ਪਤਾ ਵੀ ਆਪਣਾ ਜਦੋਂ ਵੀ ਹੋਏਗਾ ਉਹਨਾਂ ਦਾ ਕੋਈ ਨਾ ਕੋਈ ਸਾਧਨ ਚੱਲ ਰਹੇ ਨੇ ਤਾਂ ਬੈਠੇ ਨੇ ਆ ਕੇ, ਇਸ ਲਈ ਦੇਖਣਾ ਚਾਹੀਦਾ ਬੰਦ ਕਰਨ ਲੱਗੇ ਵੀ ਕਿਸੇ ਦੇ ਨੁਕਸਾਨ ਨਾ ਹੋਵੇ ਗਰੀਬ ਬੰਦੇ ਦਾ। ਹਾਂਜੀ 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 ਮੈਂ ਹਾਂਜੀ 9 ਵਜੇ ਪਹੁੰਚਣਾ ਹੁੰਦਾ ਜੀ, ਮੈਂ ਸਵੇਰ ਦਾ ਆਇਆ ਹੋਇਆ ਅਤੇ ਕੋਈ ਬੱਸ ਨਹੀਂ ਚੱਲੀ, ਸਿਰਫ ਇੱਕ CTU ਦੀ ਬੱਸ ਦੱਸ ਰਹੇ ਨੇ ਸਵੇਰੇ ਗਈ ਆ, ਉਦੋਂ ਸਾਨੂੰ ਪਤਾ ਨਹੀਂ ਸੀ ਕਿ ਵੀ ਬੰਦ ਆ, ਹੁਣ ਬਹੁਤ ਔਖਾ ਹੋਇਆ ਪਿਆ ਮਤਲਬ। ਬਿਲਕੁਲ ਸਰ ਜੀ, ਦੇਖੋ ਕਿ ਰੋਜ਼ਾਨਾ ਦੀ ਡਿਊਟੀ 'ਤੇ ਜਾਣ ਵਾਲੇ ਮੁਲਾਜ਼ਮ ਨੇ ਉਹਨਾਂ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਹੈ, ਵਿਦਿਆਰਥੀਆਂ ਨੂੰ ਪਰੇਸ਼ਾਨੀ ਹੋ ਰਹੀ ਹੈ, ਜਿਨ੍ਹਾਂ ਨੇ ਕਿਹਾ ਕਿ ਸਾਨੂੰ ਤਾਂ ਪਤਾ ਲੱਗਿਆ ਕਿ ਇੱਕ ਅੱਧੀ ਬੱਸ ਜਾਂਦੀ ਹੋਊਗੀ ਪਰ ਟੋਟਲੀ ਜਿਹੜੀਆਂ ਬੱਸਾਂ ਨੇ ਪਟਿਆਲਾ PRTC ਮੇਨ ਡੀਪੂ ਇੱਥੇ ਅਤੇ ਉੱਥੋਂ ਇੱਕ ਵੀ ਬੱਸ ਚਾਹੇ ਪ੍ਰਾਈਵੇਟ ਹੋਵੇ ਜਾਂ ਸਰਕਾਰੀ ਰੋਡਵੇਜ਼ ਪਨ ਬੱਸ ਜਾਂ PRTC ਦੀ ਕੋਈ ਬੱਸ ਪਟਿਆਲੇ ਤੋਂ ਨਹੀਂ ਗਈ, ਜਿਸ ਕਰਕੇ ਆਮ ਲੋਕਾਂ ਨੂੰ ਬਹੁਤ ਜ਼ਿਆਦਾ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ।